ਜੇ ਪ੍ਰਨੀਤ ਕੌਰ ਨੂੰ ਆਪਦੀ ਸਰਕਾਰ ਦੇ ਵਿੱਚ ਬੁਲਟ ਪਰੂਫ ਗੱਡੀ ਦੇ ਵਿੱਚ ਜਾਣਾ ਪੈ ਰਿਹਾ, ਜਾਂ ਤਾਂ ਫਿਰ ਲੋਕਾਂ ਤੋਂ ਡਰ ਰਹੇ ਨੇ? ਆਮ ਲੋਕਾਂ ਦਾ ਬਾਲੀ ਵਾਰਸ ਕੋਈ ਨਹੀਂ, ਇਹਨਾਂ ਦੇ ਘਰਾਂ ਮੂਹਰੇ, ਇਹਨਾਂ ਦੇ ਮਹਿਲਾਂ ਮੂਹਰੇ ਤੰਬੂ ਲਾ ਕੇ ਪੁਲਿਸ ਇਹਨਾਂ ਦੀ ਰਾਖੀ ਕਰਦੀ ਹੈ। ਬੈਲਟ ਪਰੂਫ ਜਿਹੜਾ ਰਿਜ਼ਲਟ ਦੇਣਗੇ ਨਾ, ਉਹ ਬੁਲਟ ਪਰੂਫ ਨੂੰ ਜ਼ਿਆਦਾ ਖਤਰਨਾਕ ਹੋਊਗਾ। ਮਹਾਰਾਣੀ ਪ੍ਰਨੀਤ ਕੌਰ ਵੱਲੋਂ ਬੁਲਟ ਪਰੂਫ ਗੱਡੀ ਦੀ ਮੰਗ ਤੇ ਸਵਾਲ ਚੁੱਕਦਿਆਂ ਆਪ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਵਾਰ 19 ਮਈ ਨੂੰ ਲੋਕ ਬੈਲਟ ਪਰੂਫ ਨਤੀਜੇ ਦੇਣਗੇ ਜੋ ਬੁਲਟ ਪਰੂਫ ਗੱਡੀ ਤੋਂ ਖਤਰਨਾਕ ਹੋਣਗੇ। ਉਹਨਾਂ ਸਵਾਲ ਚੁੱਕਿਆ ਕਿ ਆਪਣੀ ਹੀ ਸਰਕਾਰ ਦੇ ਹੁੰਦਿਆਂ ਮਹਾਰਾਣੀ ਨੂੰ ਬੁਲਟ ਪਰੂਫ ਗੱਡੀ ਦੀ ਕੀ ਲੋੜ ਪੈ ਗਈ ਸੀ। ਉਹਨਾਂ ਕਿਹਾ ਕਿ ਮਹਾਰਾਣੀ ਦੇ ਮਹਿਲਾਂ ਬਾਹਰ ਤੰਬੂਆਂ ਵਿੱਚ ਬੈਠੀ ਪੁਲਿਸ ਵੀ ਇਹਨਾਂ ਦੀ ਸੁਰੱਖਿਆ ਕਰ ਰਹੀ ਹੈ, ਫਿਰ ਵੀ ਮਹਾਰਾਣੀ ਨੂੰ ਆਮ ਲੋਕਾਂ ਵਿੱਚ ਜਾਣ ਤੋਂ ਡਰ ਲੱਗ ਰਿਹਾ ਹੈ। ਕੀ ਲੋਕਾਂ ਦੀ ਸੁਰੱਖਿਆ ਕੁਝ ਨਹੀਂ ਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੇ ਕੀ ਕੀਤਾ ਫਿਰ? ਜੇ ਪ੍ਰਨੀਤ ਕੌਰ ਨੂੰ ਆਪਦੀ ਸਰਕਾਰ ਦੇ ਵਿੱਚ ਬੁਲਟ ਪਰੂਫ ਗੱਡੀ ਦੇ ਵਿੱਚ ਜਾਣਾ ਪੈ ਰਿਹਾ, ਜਾਂ ਤਾਂ ਫਿਰ ਲੋਕਾਂ ਤੋਂ ਡਰ ਰਹੇ ਨੇ ਉਹ ਕਿ ਲੋਕਾਂ 'ਚ ਕਿਹੜਾ ਮੂੰਹ ਲੈ ਕੇ ਜਾਵਾਂਗੇ, ਸਾਨੂੰ ਬੁਲਟ ਪਰੂਫ ਗੱਡੀ ਚਾਹੀਦੀ ਹੈ, ਠੀਕ ਹੈ ਨਾ? ਜਾਂ ਫਿਰ ਇਹ ਸਰਕਾਰ ਦਾ ਅਮਨ ਕਾਨੂੰਨ ਨੂੰ ਜਿਹੜਾ ਕੰਟਰੋਲ 'ਚ ਰੱਖਣ ਦਾ ਜਿਹੜਾ ਫੇਲੀਅਰ ਹੈ, ਫਿਰ ਇਹ ਫਲੋਪ ਹੋਈ ਹੈ ਸਰਕਾਰ। ਆਮ ਲੋਕਾਂ ਦਾ ਬਾਲੀ ਵਾਰਸ ਕੋਈ ਨਹੀਂ, ਇਹਨਾਂ ਦੇ ਘਰਾਂ ਮੂਹਰੇ, ਇਹਨਾਂ ਦੇ ਮਹਿਲਾਂ ਮੂਹਰੇ ਤੰਬੂ ਲਾ ਕੇ ਪੁਲਿਸ ਇਹਨਾਂ ਦੀ ਰਾਖੀ ਕਰਦੀ ਹੈ। ਸੋ ਲੋਕ ਇਸ ਵਾਰ 19 ਮਈ ਨੂੰ ਜਿਹੜਾ ਉਹ ਬੈਲਟ ਪਰੂਫ ਜਿਹੜਾ ਰਿਜ਼ਲਟ ਦੇਣਗੇ ਨਾ, ਉਹ ਬੁਲਟ ਪਰੂਫ ਨਾਲੋਂ ਜ਼ਿਆਦਾ ਖਤਰਨਾਕ ਹੋਊਗਾ। ਦੱਸ ਦਈਏ ਕਿ ਬੀਤੇ ਦਿਨ ਭਾਰਤੀ ਚੋਣ ਕਮਿਸ਼ਨ ਨੇ ਇੱਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਬੁਲਟ ਪਰੂਫ ਗੱਡੀ ਵਰਤਣ ਦੀ ਮਨਜ਼ੂਰੀ ਦਿੱਤੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।